ਚਾਚੀ ਹਾਂ ਇੱਕ ਗੱਲ ਮੈਂ ਸਾਲਾਂ ਤੋਂ ਗੌਰ ਕਰਦਾ ਆਣ ਡਿਆ ਕੀ ਭਲਾ ਆ ਜਦੋਂ ਰੋਜ਼ੇ ਲੰਘਦੇ ਆ ਈਦ ਜ਼ਰੂਰ ਆਉਂਦੀ ਹੈ ਹੈਨਾ ਹਾਂ ਇਹ ਤਾਂ ਤੇਰੀ ਤਹਿਕੀਕ ਬਈ ਬੜੀ ਵੱਡੀ ਆ ਬੜੀ ਗੱਲ ਆ ਯਾਰ ਵੈਸੇ ਅੱਛਾ ਚਾਚੀ ਖਾ ਇੱਕ ਗੱਲ ਦਾ ਜਵਾਬ ਤੇ ਦੇ ਜੀ ਪੁੱਛੋ ਜੀ ਇਹ ਕਾਲੀ ਖਾਂਸੀ ਤੇਰੀ ਕੀ ਲੱਗਦੀ ਹੈ ਓਏ ਮੇਰੀ ਖਾਂਸੀ ਤੇਰੀ ਕੀ ਲੱਗਦੀ ਹੈ ਚਵਲ ਜਾਈ ਲੈ ਲਓ ਜੀ ਲਓ ਜੀ ਲ ਓ ਕੀ ਭਾਈ ਮਾਰਕੀਟ 'ਚ ਚਿਕਨ ਲੱਗਦਾ ਲੰਗਰ ਲੈਣ ਚੱਲੇ ਆ ਉਸਤਾਦ ਜੀ ਬਾਰਿਸ਼ ਦਾ ਪਾਣੀ ਬਈ ਇੱਥੇ ਇੱਥੇ ਤੱਕ ਆਇਆ ਹੈ ਯਕੀਨ ਕਰ ਬਾਰਿਸ਼ ਦਾ ਓਏ ਅਸੀਂ ਬਾਰਿਸ਼ ਓਏ ਅਸੀਂ ਕਿੱਥੇ ਸੀ ਫਿਰ ਨਹੀਂ ਜਿੱਧਰੋਂ ਮੈਂ ਆਇਆ ਅੱਛਾ ਬਹੁਤ ਉੱਤੋਂ ਤਿਕਰ ਆਇਆ ਮੈਂ ਕਹਿੰਦਾ ਉਸਤਾਦ ਜੀ ਇੱਥੇ ਇੱਥੇ ਤੱਕ ਵਾਹ 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 ਓਏ ਤੇ ਚੱਕੇ ਗੱਲੇ ਪਹੁੰਚੇ ਹੈ ਪਹੁੰਚੇ ਗੱਲੇ ਚੱਕੇ ਹੋਰ ਕੀ ਚੱਕ ਲਾ ਤੇਰਾ ਮੋਬਾਈਲ ਚੱਕ ਲਾ ਨਾਲ ਮੇਰਾ ਮੋਬਾਈਲ ਤਾਂ ਹੈ ਵਾਕਈ ਨਹੀਂ ਨਹੀਂ ਬਾਰਿਸ਼ ਇਹ ਇੱਧਰ ਕਿੱਧਰ ਖਲੋਤਾ ਅੱਜ ਉਹਨੇ ਪਤਾ ਨਹੀਂ ਕੀ ਚੱਕਰ ਚਲਾਇਆ ਉਸਤਾਦ ਜੀ ਮੈਨੂੰ ਕਹਿੰਦਾ ਜੀ ਮੈਂ ਵਿਆਹ ਤੇ ਜਾਣਾ ਵਾ ਓਏ ਉਹਨਾਂ 'ਚ ਤੇ ਵਿਆਹ ਹੁੰਦਾ ਹੀ ਨਹੀਂ ਹੁੰਦਾ ਉਹਨਾਂ 'ਚ ਸ਼ਾਦੀ ਹੁੰਦੀ ਹੈ ਨਹੀਂ ਉਹਨਾਂ 'ਚ ਤੇ ਸਿਰਫ ਐਂ ਕਰਕੇ ਮੁੰਡਾ ਤੋਰ ਦਿੰਦੇ ਓਏ ਨਹੀਂ ਨਹੀਂ ਹੁੰਦੀ ਵਿਆਹ ਤੇ ਤੂੰ ਇਹ ਕੀ ਕਰਨੇ ਆ ਹੁਣ ਆ ਬਟਨ ਬੰਦ ਕਰਨੇ ਆ ਦੇਖੋ ਗੋਡੇ ਗੋਡੇ ਬਹੁਤ ਖਦੇ ਕੌਣ ਇਹਦੇ ਕੋਲ ਧਵਾਉਂਦਾ ਰਿਹਾ ਸੂਟ ਮੈਂ ਤਾਂ ਇਸ ਗੱਲੋਂ ਬੜਾ ਪਰੇਸ਼ਾਨ ਆ ਆ ਪੂਰੀ ਤੁਹਾਨੂੰ ਨਹੀਂ ਆਉਣ ਦੀ ਪੂਰੀ ਦੁਕਾਨ ਹਮਕ ਮਾਰਨ ਦੀ ਆਦੀ ਹੋ ਗਏ ਬੇਟੇ ਆਦੀ ਓਏ ਭਰਾਵਾ ਸਾਨੂੰ ਆਉਣ ਦੀ ਆ ਰੋਜੀ ਰੋਟੀ ਵਾਸਤੇ ਬੜਾ ਕੁਝ ਕਰਨਾ ਪੈਂਦਾ ਵਾ ਜਾਨੀ ਸਾਹਿਬ ਇਹ ਵੇਖੋ ਪਤਾ ਲੱਗ ਗਿਆ ਸਰਾਖ ਲਾ ਲਿਆ ਮਿੱਠੇ ਨੇ ਗਾਹਕ ਭਲਾ ਕਿਉਂ ਨਹੀਂ ਸੀ ਵੜਨ ਡਿਆ ਮਾਰਕੀਟ 'ਚ ਕਿਉਂ ਆਹ ਟਾਰਜ਼ਨ ਦੀਆਂ ਤਸਵੀਰਾਂ ਨੈਸ਼ ਸੀ ਰਾਤੀਆਂ ਮੈਂ ਇੱਥੇ ਮੇਰੇ ਅੱਡੇ ਤੇ ਨਾ ਸੋਟਾ ਨਾ ਫੜ ਆਪਣਾ ਟਾਰਜ ਅੱਛਾ ਟਾਰਜ਼ਨ ਦੀਆਂ ਤਸਵੀਰਾਂ ਲਾਉਣ ਤੋਂ ਬਾਅਦ ਕਿਹੜਾ ਇੱਥੇ ਪੈਰ ਤੇ ਪੈਰ ਆਉਂਦਾ ਹੈ ਗਾਹਕਾਂ ਦੇ ਇੰਨਾ ਮੈਨੂੰ ਪਤਾ ਮੇਰੀ ਸਕਸੈਸ ਕਹਿੰਦੀ ਗਾਹਕ ਬੜੇ ਬੜੇ ਜਾਨੀ ਖਾਨ ਜੀ ਮੈਂ ਇੱਕ ਦਵਾਈ ਤਿਆਰ ਕਰ ਲਈ ਆ ਮੈਨੂੰ ਸਭ ਤੋਂ ਪਹਿਲਾਂ ਉਹਦਾ ਹੀ ਤੈਨੂੰ ਪਤਾ ਹੀ ਆ ਨਹੀਂ ਉਹ ਦਵਾਈ ਹੋ ਰਿਹਾ ਉਹ ਆ ਗੂੰਗੇ ਬੰਦੇ ਲਈ ਗੂੰਗੇ ਬੰਦੇ ਲਈ ਮੈਂ ਦਵਾਈ ਤਿਆਰ ਕਰ ਲਈ ਆ ਤੁਹਾਡੀ ਦੁਆ ਦੇ ਨਾਲ ਇਨਸ਼ਾਅੱਲਾ ਹੁਣ ਮਸਲਾ ਨਹੀਂ ਰਹੇਗਾ ਗੂੰਗਿਆਂ ਦਾ ਹਾਂਜੀ ਦਵਾਈ ਖਾ ਕੇ ਉਹ ਕੀ ਕਰਨਗੇ ਬੋਲਣ ਲੱਗ ਪੈਣਗੇ ਨਹੀਂ ਤੁਸੀਂ ਉਹਦੇ ਨਾਲ ਗੱਲ ਹੀ ਨਹੀਂ ਕਰਨੀ ਸਾਨੂੰ ਵੀ ਗੂੰਗਿਆ ਕਰ ਦੇਣਾ ਅਸੀਂ ਓਏ ਤੇਰੀ ਦਿਹਾੜੀ ਲਵਾਵਾਂ ਕਸਮੇ ਇੱਕ ਦੋਸਤ ਦੀ ਸ਼ਾਦੀ ਆ ਰਹੀ ਹੈ ਅੱਛਾ ਜੇ ਕਮੇ ਤੇ ਤੈਨੂੰ ਆਰਡਰ ਲੈ ਦਿੰਦਾ ਲੈ ਕੇ ਦਿਓ ਵਿੱਚੋਂ ਤੁਹਾਨੂੰ ਵੀ ਕਮਿਸ਼ਨ ਟੈਕ ਨਹੀਂ ਮੈਨੂੰ ਕਮਿਸ਼ਨ ਨਹੀਂ ਚਾਹੀਦੀ ਤੂੰ ਕੰਮ ਅੱਛਾ ਕਰੀ ਉਹ ਰਾਜ਼ੀ ਹੋ ਜਾਣ ਨਾਲ ਰੁਪਈਆ 10,000 ਮਿੰਦੇ ਦੀ ਬਸ ਲਓ ਹੁਣ ਤੇ ਮੁਫਤੋਂ ਮੁਫਤ ਹੋਣ ਡਿਆ ਠੀਕ ਆ ਚਾਹੀਦਾ ਤੇ ਮੈਨੂੰ ਵਿੱਚੋਂ ਕੀ ਬਚੂ ਤੈਨੂੰ 1,00,000 ਰੁਪਈਆ ਉਹਨਾਂ ਕੋਲੋਂ ਲੈ ਕੇ ਦਊਂਗਾ ਲੇਕਿਨ 1,00,000 ਉਹਨਾਂ ਨੇ ਉਦੋਂ ਦੇਣਾ ਵਾ ਜਦੋਂ ਤੇਰਾ ਕੰਮ ਉਹਨਾਂ ਨੂੰ ਪਸੰਦ ਆ ਗਿਆ ਤੇ ਜੇ ਨਾ ਤੇਰੇ ਕੋਲ ਕੰਮ ਸਹੀ ਹੋਇਆ ਤੇ ਫਿਰ 1,00,000 ਦੇ ਨਾਲ ਦੀ ਲਾਨਤ ਵੀ ਹੋਣੀ ਜਾਨੀ ਸਾਹਿਬ ਤੁਸੀਂ ਕੰਮ ਦੇਖੋ ਭਰਾ ਦਾ ਸ਼ਾਨ ਸਾਹਿਬ ਦਾ ਸ਼ੂਟ ਕਰਕੇ ਆਇਆ ਇਹ ਤੂੰ ਨਹੀਂ ਕੀਤਾ ਸ਼ੂਟ ਇਹ ਮੈਂ ਤੇਰੇ ਜੰਮਣ ਤੋਂ ਪਹਿਲੇ ਦੀ ਤਸਵੀਰ ਦੇਖੀ ਉਹਨਾਂ ਦੀ ਕਿਸੇ ਦਾ ਪਰਦਾ ਵੀ ਰੱਖ ਲਈਦਾ ਹੁੰਦਾ ਵਾ ਤੇਰਾ ਪਰਦਾ ਮੈਂ ਕੋ ਰੱਖਾਂ ਫੇ ਤੂੰ ਕੀ ਲਾਏਂਗਾ ਉੱਥੇ ਜੇ ਮੈਂ ਤੇਰਾ ਪਰਦਾ ਮੈਂ ਰੱਖ ਲਿਆ ਓਏ ਬੜਾ ਵੱਡਾ ਫੋਟੋ ਪਲੰਬਰ ਆ ਤੂੰ ਮੈਨੂੰ ਇਹ ਦੱਸ ਦੇ ਵੀ HD ਕਿਹਨੂੰ ਕਹਿੰਦੇ ਆ 4K ਕਿਹਨੂੰ ਕਹਿੰਦੇ ਆ 1080 ਕਿਹਨੂੰ ਕਹਿੰਦੇ ਆ ਫੁੱਲ HD ਕਿਹਨੂੰ ਕਹਿੰਦੇ ਆ AVI ਕਿਹਨੂੰ ਕਹਿੰਦੇ ਆ MPEG ਕਿਹਨੂੰ ਕਹਿੰਦੇ ਆ ਪੁੱਛੋ ਕੱਲਾ ਕੱਲਾ ਮੈਨੂੰ ਦੱਸ 1080 ਕੀ ਹੁੰਦਾ ਵਾ 1080 ਦੀ 1080 ਦਾ ਕਪੜਾ 1080 ਕਪੜਾ ਨਹੀਂ ਹੁੰਦਾ ਜਿਹੜਾ ਮੋਟਾ ਉਹ 1080 ਤੇ ਕੈਮਰਾ ਕੈਮਰੇ 'ਚ ਵੀ 1080 ਅੱਛਾ ਤੂੰ ਇਹ ਦੱਸ ਦੇ ਵੀ ਕਲੋਜ਼ ਸ਼ਾਟ ਕਿਹੜਾ ਹੁੰਦਾ ਕਲੋਜ਼ ਸ਼ਾਟ ਚਾਚਾ ਤੇ ਅਨਮੋ ਕਰੀ ਵੇ ਇਹ ਐ ਵੇ ਚਾਚਾ ਵਾ ਬਿਲਕੁਲ ਇੱਥੇ ਜਿਹੜਾ ਤੁਸੀਂ ਬਣਾ ਲੈਣਾ ਐ ਕਲੋਜ਼ ਸ਼ਾਟ ਆ ਇਹ ਕਲੋਜ਼ ਸ਼ਾਟ ਆ ਬਿਲਕੁਲ ਇੱਥੇ ਐ ਕਲੋਜ਼ ਸ਼ਾਟ ਆ ਡਿਪਲੋਮਾ ਕੀਤਾ ਵਾ ਓਏ ਕਲੋਜ਼ ਸ਼ਾਟ ਬਈ ਜਿਹੜਾ ਟੱਕਣ ਬੰਦ ਕਰਕੇ ਬਣਾਈਦਾ ਉਹ ਕਲੋਜ਼ ਸ਼ਾਟ ਹੁੰਦਾ ਚਵਲ ਓਏ ਉਹ ਤਾਂ ਬੰਦ ਹੋ ਜਾਂਦਾ ਵਾ ਕੈਮਰਾ ਚਾਚਾ ਅੱਛਾ ਇਹ ਦੱਸ ਉਹ ਜਿਹੜਾ ਹੁੰਦਾ ਬ੍ਰਾਈਡਲ ਹਾਂ ਬ੍ਰਾਈਡਲ ਕਿਹਨੂੰ ਕਹਿੰਦੇ ਵਿਆਹ ਦੇ ਵਿੱਚ ਬ੍ਰਾਈਡਲ ਕਹਿੰਦੇ ਆ ਜੀ ਦੇਖੋ ਤੁਸੀਂ ਜਿਹੜਾ ਤੁਰਦੇ ਆ ਫਿਰਦੇ ਆ ਤੁਸੀਂ ਸ਼ੂਟ ਲੈ ਲੈਣਾ ਐ ਤੋਂ ਬੰਦਾ ਤੁਰਦਾ ਆ ਰਿਹਾ ਵਾ ਐ ਇਹਨੂੰ ਕਹਿੰਦੇ ਆ ਬ੍ਰਾਈਡਲ ਜਾਨ ਤੇ ਖੇਲ ਕੇ ਵਾਹ ਵਾਹ ਬ੍ਰਾਈਡਲ ਉਹ ਮਿੱਠੇ ਖਾਂ ਜੇ ਮੈਂ ਮੁਲਕ ਦਾ ਵਜ਼ੀਰ-ਏ-ਆਜ਼ਮ ਹੁੰਦਾ ਮੈਂ ਤੈਨੂੰ ਕਦੀ ਮੂੰਹ ਨਾ ਲਾਉਂਦਾ ਯਾਰ ਯਕੀਨ ਕਰ ਇਹਨਾਂ ਮੈਨੂੰ ਪਤਾ ਵਾ ਮੈਨੂੰ ਇੰਡੀਆ ਦਾ ਲੈ ਜਾਣਾ ਹਾਂਜੀ ਹਾਂਜੀ ਲੈ ਜਾਣਾ ਇਹ ਫੋਟੋਗ੍ਰਾਫੀ ਦੇ ਚੱਕਰਾਂ 'ਚ ਸਹੀ ਗੱਲ ਤੈਨੂੰ ਮੌਲਾ ਨੇ ਲੈ ਜਾਣਾ ਇਨਸ਼ਾਅੱਲਾ ਬੜੀ ਛੇਤੀ ਜਾਨੀ ਸਾਹਿਬ ਬਦੋਵਾ ਨਾ ਦਿਓ ਰਮਜ਼ਾਨ ਦਾ ਤੈਨੂੰ ਬ੍ਰਾਈਡਲ ਦਾ ਨਹੀਂ ਪਤਾ ਓਏ ਬ੍ਰਾਈਡਲ ਕਿਹਨੂੰ ਕਹਿੰਦੇ ਆ ਉਹ ਕੈਮਰਾਮੈਨ ਉਹਨੂੰ ਪੁੱਛੋ ਮੇਰਾ ਤੋਪੀਆਂ ਦਾ ਕੰਮ ਆ ਭਾਈ ਮੈਨੂੰ ਜੇ ਕਹਿ ਦੇ ਕਿ ਮੈਨੂੰ ਆਮਦ ਨਹੀਂ ਹੋਈ ਜੀ ਬ੍ਰਾਈਡਲ ਕਿਹੜਾ ਹਾਂ ਕਿਹਨੂੰ ਕਹਿੰਦੇ ਆ ਬ੍ਰਾਈਡਲ ਕਹਿੰਦੇ ਆ ਉਹ ਜਿਹੜਾ ਸਾਈਕਲ ਦੇ ਥੱਲੇ ਨਹੀਂ ਲੱਗਾ ਹੁੰਦਾ ਉਹ ਜਿਹਨੂੰ ਐ ਕਮਾਈ ਦਾ ਉਹਨੂੰ ਕਹਿੰਦੇ ਬ੍ਰਾਈਡਲ ਹਾਂ ਓਏ ਉਹਨੂੰ ਪੈਡਲ ਕਹਿੰਦੇ ਹਕੀਮ ਨੂੰ ਪੁੱਛੋ ਜੀ ਉਹਨੇ ਇੱਥੇ ਤੁਹਾਨੂੰ ਲਿਆ ਕੇ ਦਿਖਾ ਦੇਣੀ ਨਹੀਂ ਨਹੀਂ ਹਕੀਮ ਨੂੰ ਪਤਾ ਵਾ ਹਕੀਮ ਪੜਿਆ ਲਿਖਿਆ ਵਾ
अच्छा भी ये दस ग्रूम किनू कहते ब्याह दे विच ग्रूम की हुंदा वा भाजी जो ती कोई शह उत्थे डिगनी आ पानी च या किसी थिंदी शह जिहड़ी आवाज होनी ग्रूम मैं दसदा जी देखो जी ब्राइडल दा तुसी पुछया जी हकीम ओह लै आवे ते मैं लाड़ा बनया होवां तां मैनू ग्रूम कहंदे आ ओ मैं नहीं लैणी चाचे खां तेरी पता नहीं किदां दी मैं कत्तों लैवां अच्छा भाई ये दस के सिंगल शॉट किनू कहंदे आ ओए हाय 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 लै 15 20 बंदे खड़े आ ओ 15 20 दे विचों जिहड़ा तुहाडी अख वा जिहने तुहानू पैसे देणे आ मेन जिहड़ा ओह कहड़ा भाजी इधर सामने आ जाओ तत्ती करके ना इस्त्री ढिड त लाई रख मैं बैठा रख कोई नी बल्कि एक वट्टा भी गर्म करके लख भी सेक मैं ते ओ एक हो गए दो हाय हाय मैं ते एक हो गए दो चल नस चलिए चल नस चलिए रेडी स्टेडी गो गो यार हकीमा मैंने गल की समझ नहीं आती है किन्ना दे कपड़े आ कौन है मेरा यार आया दादा मेरा यार बड़ी दिन हो गए यार जिहड़ी जाके मिला ही चाह पीए तेरे को बह के जिहड़ी थोड़े दिल च चाह हुंदी है ना चोरी यही थोनू चाह तक लै आंदी और अज दिल किया मैं चलिए यार कहना और अज क्या बात है जरा नहीं बदले उदा नहीं 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 बदले पिछो मैं कलर शलर बदलवाते रंग मार्केट इन्हों नवी कराती मलंगी भाषा माशा मैं यार मेरे वालों को कसर ना रहा कहना लेकिन इन्हों को कसर है दूसरा नाम मलंगी आप तो कख भी नहीं गा बस कपड़े ही यकीन कर कपड़े ही इन कदी इधरों आ जाते हैं कदी इधरों आ जाते हैं सिर्फ ये सोच के ड्रेसिंग कर दे भी मैं कपड़े के पिछे लुकना ही हाँ चोरी तस्वीर खिंचन भी असि देख ला मलंगी तेन दस यार ऐदा मुंडे लोग वीडियो बनाना तेन पता अच्छा किन्ने स्कैंडल चलन डे सही गल है सही है मलंगी साहब पौज जरा पौज फैसलाबाद दी शान आ शायर बहुत वड्डे ने और शायर ओह ने जिन्हां ने मतलब दुनिया च मुख्तलिफ मुल्कां च जाके अपना आयरन एक्सेप्ट कराया वाह वाह अच्छा मैं वैसे वेखी है कि ना लोहा ना घट लोग रास आया हाँ जी या लोहा रास है जा नजीर कोस्तानी नू जी ते या मैनू तेनू किदा यार मेरे भी लत च सरिया आ रहा लोहा अच्छा उहदे को बसा ने मैं बेबस हाँ गल जी है ना जिहड़ा आयरन है ना हाँ जी मनवाना चाहिए हाँ जो मैं इंडिया गया ना पहली बारी मतलब लत दा मसला वा सारे नूं पता वा लेकिन असीं उहदा मजाक नहीं करदे लेकिन तुसीं तू आप करी जांदा वा ते असीं हुण की करीए दस दित्ते मलंगी साहब की एक साइड लत जी ना थोड़ा पदैशी मसला ना हाँ 8-9 साल दा वैसे 8-9 साल दा सी जदों इन्हां नूं बुखार चढ़िया सी ओ फिर ओ विगड़ गया थोड़े दिनां तों
ਦਵਾਈ ਲੈ ਲੈਂਦੇ ਭਾਜੀ ਇੱਥੇ ਆ ਜਾਂਦੇ 2 ਮਹੀਨੇ ਨਹੀਂ ਬੇਟੇ ਉਹਨੇ ਬਹੁਤ ਦਵਾਈ ਲਈ ਆ ਹਾਂ ਉਹ ਤੇ ਬੜੇ ਤਲਕਾਤ ਨੇ ਲੇਕਿਨ ਉਹ ਕੁਦਰਤ ਨੇ ਬਸ ਠੀਕ ਹੈ ਨਾ ਅਸਲ ਤੇ ਦਵਾਈ ਲੈਂਦਾ ਤੇ ਮੈਂ ਸ਼ਾਇਦ ਟਰਨ ਜੋਗਾ ਵੀ ਨਾ ਹੁੰਦਾ ਹਾਂ ਹਾਂ ਇਹ ਤੇ ਭਲਾ ਹੋਵੇ ਕਰਦੀ ਸੀ ਨਾ ਪੈਣੀ ਸੀ ਨਹੀਂ ਨਹੀਂ ਮੁੜ ਹੁਣ ਤੇ ਉਹ ਇੰਜਨ ਜਿ ਟਰਨ ਮੁੜ ਤੇਰੀ ਦਵਾਈ ਲੈਣ ਤੋਂ ਬਾਅਦ ਉਹ ਕਾਂਗਰੂ ਟੈਪ ਹੋ ਜਾਂਦਾ ਹੈ ਕਰੋ ਲੇਕਿਨ ਅਗਰ ਮਲੰਗੀ ਭਾਜੀ ਸਾਡੇ ਕੋਲ ਸ਼ੂਟ ਕਰਾਉਣਗੇ ਲੱਤ ਪ੍ਰੋਪਰ 1 ਨੰਬਰ ਠੀਕ ਮੈਨੂੰ ਲੱਗਦਾ ਤੂੰ ਮਲੰਗੀ ਕੋਲੋਂ ਸ਼ੂਟ ਕਰਵਾ ਲੈਣਾ 10 ਯਾਰ ਕਿਹਸਾ ਬੰਦਾ ਯਾਰ ਵੈਸੇ ਓਏ ਸ਼ਾਇਰ ਆਦਮੀ ਨਫੀਸ ਹਸਾਸ ਅੱਛਾ ਜੀ ਨਹੀਂ ਯਕੀਨ ਸੁਣਾਉਣ ਕੁਛ ਫਿਰ ਮੈਂ ਤਦੀ ਤੇ ਖੁਸ਼ ਹੋਇਆ ਵੀ ਅੱਜ ਮਲੰਗੀ ਆ ਗਿਆ ਤੇ ਹੁਣ ਇੱਥੇ ਜ਼ਰਾ ਮਜ਼ੇ ਆਉਣਗੇ ਥੋੜੇ ਨਹੀਂ ਸ਼ਾਇਰ ਨੇ ਮਲੰਗੀ ਸ਼ਾਇਰ ਆ ਔਰ ਜਦੋਂ ਕੋਈ ਨਵੀਂ ਚੀਜ਼ ਲਿਖਦਾ ਸਭ ਤੋਂ ਪਹਿਲੇ ਮੈਨੂੰ ਸੁਣਾਉਣਾ ਹਾਂ ਇਹ ਗੱਲ ਹੈ ਤੇ ਕਰਦੇ ਕੀ ਹੋ ਤੁਸੀਂ ਹਾਂਜੀ ਮਤਲਬ ਕੀ ਮੈਂ ਸਮਝਿਆ ਨਹੀਂ ਸ਼ਾਇਰ ਨੇ ਇਹ ਸ਼ਾਇਰ ਹੁੰਦਾ ਬੇਸਿਕਲੀ ਕਿ ਨਾ ਇਹ ਵੀ ਬਲੀ ਹੁੰਦਾ ਹੈ ਇਹਨੂੰ ਵੀ ਆਮਦ ਹੁੰਦੀ ਹੈ ਹਾਂ ਇਹ ਅਸਲ ਦੇ ਵਿੱਚ ਨਾ ਫੂਡ ਇਨਸਪੈਕਟਰ ਨੇ ਸਿਰਫ ਹਕੀਮਾਂ ਦੇ ਹਕੀਮਾਂ ਦੀਆਂ ਜਾ ਕੇ ਦਵਾਈਆਂ ਚੈੱਕ ਕਰਦੇ ਨੇ ਜਿਹੜੀ ਨਹੀਂ ਸਹੀ ਲੱਗਦੀ ਉਹਨੂੰ ਬੈਨ ਕਰਕੇ ਉਹਦੀ ਦੁਕਾਨ ਨੂੰ ਬੰਦ ਕਰ ਆਉਂਦੇ ਨੇ ਅੱਛਾ ਅੱਛਾ ਵੈਸੇ ਹੀ ਖਾ ਕੇ ਚੈੱਕ ਕਰਦੇ ਨੇ ਜੀ ਨਹੀਂ ਮਾੜਾ ਹਕੀਮ ਨੂੰ ਖਵਾਈਦੀ ਹੈ ਅੱਛਾ ਹਾਂ ਜੇ ਹਕੀਮ ਨੂੰ ਫਰਕ ਨਾ ਪਵੇ ਨਾ ਪਤਾ ਲੱਗ ਜਾਣਾ ਕਿ ਕਿਸੇ ਨੂੰ ਫਰਕ ਨਹੀਂ ਪੈਣਾ ਤੇ ਫਿਰ ਹਕੀਮ ਨੂੰ ਜੇ ਨਾ ਫਰਕ ਪਵੇ ਤੇ ਇਹੋ ਜਿਹਾ ਫਿਰ ਫਰਕ ਪੈਂਦਾ ਹਕੀਮ ਨੂੰ ਕਿ ਉਹਦੀ ਦੁਕਾਨ ਹੀ ਬੰਦ ਹੋ ਜਾਂਦੀ ਅੱਛਾ ਜੀ ਤੁਸੀਂ ਇਸ ਵਾਰੀ ਨਹੀਂ ਨੂੰ ਚੈੱਕ ਕਰਾ ਲਓ ਲੇਕਿਨ ਇਹ ਕਿ ਤੁਸੀਂ ਦੱਸੋ ਸ਼ਾਇਰੀ ਕਰਦੇ ਹੋ ਮਾਸ਼ਾਅੱਲਾ ਬੜੀ ਗੱਲ ਹੈ ਹਾਂ ਲੇਡੀ ਮੈਂ ਕੋਸ਼ਿਸ਼ ਕਰਦਾ ਇੱਕ ਅੱਲਾ ਦੀ ਡਿਊਟੀ ਲਾਈਏ ਕੁਝ ਲਿਖਿਆ ਹੁਣ ਨਵਾਂ ਯਾਰ ਮੈਂ ਤਾਂ ਕਹਿੰਦਾ ਇੱਕ ਚੀਜ਼ ਆ ਜੋ ਲਓ ਜੀ ਜ਼ਰਾ ਕਲੈਪ ਕਰ ਦਿਓ ਜ਼ਰਾ ਮੇਰੇ ਯਾਰ ਵਾਸਤੇ ਮੇਰੇ ਯਾਰ ਵਾਸਤੇ ਕਲੈਪ ਕਰ ਦਿਓ ਇਹ ਜੋ ਆਂਖ ਮੇ ਨਮੀ ਹੈ ਹਾਏ ਵਾਹ 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 ਹਾਏ ਇਹ ਜੋ ਆਂਖ ਮੇ ਨਮੀ ਹੈ ਵਾਹ ਇਹ ਵਿਟਾਮਿਨ ਯੂ ਕੀ ਕਮੀ ਹੈ ਹਾਏ ਹਾਏ ਵਾਹ ਵਾਹ ਯਾਰ ਵਿਟਾਮਿਨ ਯੂ ये विटामिन यू की मलंगी तेरा तेरा शायरी ने पहले भी कोई बंदा मारिया पहला ही मर लग गया तू देख ओदी तू ब्रिकी चेक कर हाँ जी मैं ये जो आंख में नमी है ये विटामिन यू की कमी है यानी तेरी कमी है तेरी और मैं कमी है वाह 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 अब आगे जी हाय हाय अब हर मौके पे मुझे ही खड़ा पाओगी हर मौके पे मुझे ही खड़ा पाओगी तेरे घर आई कोई खुशी गमी है हाय हाय ये जो आंख में नमी है वाह वाह विटामिन यू की कमी है वाह वाह हर मौके पे हर मौके पे हम मौके पे काट नहीं लेते हर मौके पे हमें ही खड़ा पाओगी ऐसे कर तेरे घर आई कोई खुशी गमी है ये जो आंख में नमी है मतलब तेरे घर गमी आवे खुशी आवे असल गल मैं एक शेर के दुख है नहीं के सज्जन कुत्ते निकले दुख है नहीं के सज्जन कुत्ते निकले कुत्ते होंगे ते वफा कर दे जनाब कुत्तियां तू भी उत्ते निकले जनाब कुत्तियां तू भी उत्ते निकले और एक एक होर चीज कहना ओदे दो चार शेर क्या मैं चाह दे दे उन्होंने दे दे यार हले मजा आ रहा हले छोटी बैर दी एक मन लगता सजाद मैं ना इंतहाई छोटी बैर लिख बैठा बिलकुल यार तेरी किड्डी छोटी बैर है तेरी गल तो पता लग गई जी सर मैं ते ओ मैं ते ओ ओए ये छोटी नहीं है बहुत छोटी नहीं ये है बैर है ही नहीं है ਕੋਈ ਲੈਰ ਬੈਰ ਹੋਵੇ ਨਾ ਬੰਦੇ ਤੇ ਮੈਂ ਤੇ ਉਹ ਬਸ ਆਹਾ ਇਹ ਬੈਰ ਨਹੀਂ ਹੈਗੀ ਇਹ ਸਿਰਫ ਇਹ ਆ ਮੈਂ ਤੇ ਉਹ ਮੈਂ ਤੇ ਉਹ ਇੱਕ ਹੋ ਗਏ ਦੋ ਹਾਏ ਹਾਏ ਮੈਂ ਤੇ ਉਹ ਇੱਕ ਹੋ ਗਏ ਦੋ ਚੱਲ ਨਸ ਚਲੀਏ ਆਹਾ ਚੱਲ
नस चलिए रेडी स्टेडी गो गो वाह 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 नस चलिए रेडी स्टेडी रेडी स्टेडी गो यार वाह वाह और आई हैव नेम ते नक्श गल सिद्धि कर गल सिद्धि कर गल सिद्धि कर यस और नो नो वाह जी वाह हां तेरी मलंगी नाल धोखा मलंगी नाल धोखा यू मे गो यू मे गो जा सकदा वाह वाह You may go. वाह 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 आ रही है बो हाँ वाह 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 तेरी बैर मेरी बैर एक जैसा सनम आ रही है बो जा हो तो आ रही है बो तू मेरा पुत घटो घट पांच तीन लूडो वाला दिस इज मलंगी दिस इज मलंगी थानू घटो घट पांच तीन सानू मैक्सिमम काना दो घटो घट पांच तीन सानू मैक्सिमम काना दो मैं जदों कितें बाहर जाना ना ते वो जिहड़ी मशीन हुंदी वह मैनू हमेशा कभी जिंदगी च नहीं होया कि मैं इको साह निकल गया वा ना मैं जाना उन्हें कहनी जी फिर आ मैं फिर जाना उन्हें कहनी फिर आ मैं क्या भाए ने यह जो मर्जी कर लो ना इस मशीन ने हटना ना मैं हटना वो भी सच्ची मैं भी सच्चा मैं भी सच्चा हाँ। हाँ, एक फरमाइश है हाँ ओ, तुसी ओ गजल सुनाओ जिहड़ी जेल च लिखी सी हर हरकत जान वाली बची गया यार मेरे ना वाकई इदा होया मेरे ते ना केस कुछ बन गया इको साह च आके ना उन्हें मेरे ते इको दफा च तीन चार दफा वधाती अठ दफा लग गई दफा दूर हो बंदा अठ सत दफा लग गई इदा दया मैं पक्का पता कि मैं जेल जाना मैं किसी ने भी दसता कि तेरे नसीबा च जेल है ओए होए मैं ना जेल सुपरिन जेल न सा दोस्त चौरी असगर मैं उदा मिलन तुर गया क्या क्यों आया मैं यार मेरे नसीबा च जेल है मैं हसी खुशी आप ही मिला वा बेहतर तो आके ना इस वास्ते कि मेरे ते जेल वाले हुए नहीं जाके लेकिन अल्लाह नू आके ना अच्छा जी मलंगी साहब एक बार थोड़ी गड्डी का कोई बकुआ होया सी ओ गड्डी का बकुआ भी सुना दियो ना गड्डी का मेरी जिहड़ी गड्डी जिहड़ी ना असल च मैं कभी गड्डी नू कपड़ा नहीं मारिया अज तक मेरी गड्डी गंदी नहीं इंतहाई गंदी गड्डी क्या बात यानी कि एदा दा वक्त आ गया कि मेरी गड्डी दियां मैटा उत्ते घा जम पिया अल्लाह दी कसम इन्नी गंदी यानी महागंदी महागंदी गड्डी गंदी ते साफ एक गड्डी गंदी होंदी एक गड्डी साफ होंदी एक थोड़ी घट गंदी होंदी एक थोड़ी ज्यादा साफ होंदी उस क्राइटेरिये च ओही बाहर है दी गड्डी बाहर गड्डी यानी इहदी गड्डी दा तुसी इह नहीं कह सकदे गंदी है या साफ आ सिर्फ मलंगी दी गड्डी बस अच्छा अच्छा उस मेको हुंदी सी मिनी मिनी पजारो ना अच्छा ओदा ना एक दरवाजा जरा ओ भी गल के डिगया सी ते मैं उहनू बणिया सी रस्सी नाल यार वाह अच्छा हुण ओ गड्डी दा शीशे बंद नहीं सी हुंदे मैं ना लसूण शाह दरबार फैसलाबाद है सामने मैं गड्डी लाई है तो उत्थे हुण ना कि काल चल गई कि भाई गड्डी तीन दिन की खड़ी उत्थे एक तो बंब वाली गड्डी लगती क्योंकि बंब वाली भी इदा की गड्डी इस्तेमाल कर दिया पुरानी जी हाँ
ਉਹ ਜਦੋਂ ਮੈਂ ਆਇਆ ਉਹ ਲੱਭਣ ਗੱਡੀ ਕਿਹਦੀ ਤੇ ਕੋਈ ਜਿਹਨੇ ਉਹਨੂੰ ਪਤਾ ਸੀ ਉਹ ਦੱਸ ਨਹੀਂ ਰਹੇ ਤੇ ਬਾਕੀਆਂ ਲੋਕਾਂ ਨੇ ਕਿਤੇ ਆ ਕੇ ਨਾ ਕਿਹਾ ਨਹੀਂ ਜੀ ਵੇਖੋ ਤੇ ਹੁਣ ਮੈਂ ਵੀ ਆ ਗਿਆ ਕੋਲ ਉੱਥੇ ਤੇ ਵੇਖਿਆ ਗੱਡੀ ਹੁਣ ਉਹਨਾਂ ਨੇ ਬੰਬ ਡਿਸਪੋਜ਼ੇਬਲ ਜਿਹੜੇ ਉਹ ਟੀਮ ਬਣਾ ਲਈ ਉਹਨਾਂ ਨੇ ਇੱਦਾਂ ਪੂਰੀ ਗੱਡੀ ਚੱਕ ਕੀਤੀ ਇਧਰੋਂ ਉਧਰੋਂ ਹੀ ਅੱਛਾ ਹੁਣ ਮੈਨੂੰ ਕਹਿਣ ਭਾਣ ਤੁਹਾਡੀ ਗੱਡੀ ਤੁਸੀਂ ਅੱਗੇ ਜਾਓ ਮੈਂ ਕਿਹਾ ਨਹੀਂ ਯਾਰ ਅੱਛੀ ਗੱਲ ਆ ਤਸੱਲੀ ਹੋ ਰਹੀ ਆ ਕਿ ਨਾ ਕੀ ਪਤਾ ਕੋਈ ਰੱਗ ਗਿਆ ਹੋਵੇ ਹਾਂ ਹਾਂ ਯਾਨੀ ਕਿ ਮੈਂ ਉਹ ਪੂਰਾ ਵਾਕਿਆ ਵੇਖਿਆ ਆਪੇ ਹੀ ਆਪਣੀ ਗੱਡੀ ਆਪੇ ਗੱਡੀ ਦਾ ਜਨਾ ਪੂਰੀ ਗੱਡੀ ਨੂੰ ਫੇਰ ਚੁੱਕ ਕੇ ਲੈ ਗਏ ਨੇ ਮੈਂ ਕਿਹਾ ਯਾਰ ਹੁਣ ਕਮ ਸੇ ਕਮ ਮੈਂ ਤਸੱਲੀ ਹੋ ਗਈ ਗੱਡੀ 'ਚ ਕੁਛ ਨਹੀਂ ਹੈ ਯਾਨੀ ਇਹ ਕੈਸੀ ਕੁਛ ਕਿਸਮਤ ਹੈ ਕਿ ਯਾਰ ਮੈਂ ਕਿਹਾ ਵਾਕਈ ਯਾਰ ਸਜਾਦ ਯਾਰ ਲੈ ਲੋ ਯਾਨੀ ਆਪਣਾ ਵੀ ਡਰ ਪਿਆ ਵੀ ਮੈਂ ਇੱਧਰ ਇੱਧਰ ਹੋਇਆ ਕੋਈ ਬੰਬ ਨਾ ਲੱਗ ਗਿਆ ਮਲੰਗੀ ਦੀ ਨਾ ਲੱਤ 'ਚ ਇੱਥੇ ਉਹ ਸਰੀਏ ਨੇ ਨਾ ਲੋਹੇ ਦੇ ਅੰਦਰ ਪਲੇਟਾਂ ਵਗੈਰਾ ਪਈਆਂ ਨੇ ਤੇ ਉਹ ਬੰਬ ਲੱਭਣ ਆਏ ਤੇ ਉਹਨਾਂ ਨੇ ਔਜ਼ਾਰ ਕੱਢਿਆ ਜਿਹੜਾ ਉਹ ਤੇ ਔਜ਼ਾਰ ਨੂੰ ਤੋੜਦਾ ਐ ਕੀਤਾ ਤੇ ਔਜ਼ਾਰ ਇੱਧਰ ਗੱਡੀ ਆ ਤੇ ਸਿੱਧਾ ਮਲੰਗੀ ਦੀ ਲੱਤ ਨੂੰ ਠੱਪ ਕਰ ਦਿੱਤਾ ਉਹ ਮੱਖਣਾ ਤੀਸ ਲੱਭਦਾ ਸੀ ਅੱਛਾ ਮੇਰਾ ਮੈਸ ਵਾਕਈ ਮੈਂ ਜਦੋਂ ਕਿਤੇ ਬਾਹਰ ਜਾਣਾ ਨਾ ਤੇ ਉਹ ਜਿਹੜੀ ਮਸ਼ੀਨ ਹੁੰਦੀ ਉਹ ਮੈਨੂੰ ਹਮੇਸ਼ਾ ਕਦੀ ਜ਼ਿੰਦਗੀ 'ਚ ਨਹੀਂ ਹੋਇਆ ਕਿ ਮੈਂ ਇੱਕੋ ਸਾਹ ਨਿਕਲ ਗਿਆ ਵਾਂ ਨਾ ਮੈਂ ਜਾਣਾ ਉਹਨਾਂ ਕਹਿੰਦੀ ਜੀ ਫਿਰ ਆ ਮੈਂ ਫਿਰ ਜਾਣਾ ਲੱਗਣ ਫਿਰ ਆ ਮੈਂ ਕਿਹਾ ਭਾਏ ਨੇ ਇਹ ਜੋ ਮਰਜ਼ੀ ਕਰ ਲਓ ਨਾ ਇਸ ਮਸ਼ੀਨ ਨੇ ਹਟਣਾ ਨਾ ਮੈਂ ਹਟਣਾ ਉਹ ਵੀ ਸੱਚੀ ਮੈਂ ਵੀ ਸੱਚਾ ਮੈਂ ਵੀ ਸੱਚਾ ਫਲਾਣੀ ਗੱਡੀ ਇੱਥੇ ਜਗ੍ਹਾ ਤੇ ਇਸ ਜਗ੍ਹਾ ਤੇ ਖੜੀ ਉਹਨੇ ਕਿਹਾ ਮਲੰਗੀ ਦੀ ਹੋਣੀ ਉਹ ਜਿਹੜੀ ਗੱਲ ਸੀ ਹਾਂ ਅੱਛਾ ਇਹ ਮੇਰੀ ਗੱਡੀ ਦੇ ਤਾਂ ਕਈ ਵਾਕੇ ਨੇ ਜਿਹੜੇ ਆਖੇ ਨਾ ਖਾਸ ਤੌਰ ਤੇ ਕਿਤੇ ਯਾਨੀ ਕਿ ਮੈਨੂੰ ਹਾਲੇ ਯਾਦ ਹੈ ਕਿ ਦਫ਼ਤਰ ਬਣਾਇਆ ਨਵਾਂ ਨਵਾਂ ਦਫ਼ਤਰ ਲਿਆ ਤੇ ਗੱਡੀ ਬਾਹਰ ਖੜੀ 3 ਦਿਨ ਤੋਂ ਮੈਂ ਸ਼ੋਅ ਤੇ ਗਿਆ 3 ਦਿਨ ਬਾਅਦ ਆਇਆ ਅੱਛਾ ਅੱਛਾ 3 ਦਿਨ ਬਾਅਦ ਆ ਕੇ ਨਾ ਵੇਖਿਆ ਕਿ ਗੱਡੀ ਚੁੱਕੀ ਗਈ ਤੇ ਚੁੱਕੀ ਗਈ ਤੇ ਪਤਾ ਲੱਗਿਆ ਕਿ ਪੁਲਿਸ ਵਾਲੇ ਚੁੱਕ ਕੇ ਲੈ ਗਏ ਨਾ ਤੇ ਮੈਂ ਥਾਣੇ ਗਿਆ ਯਾਰ ਦੇਖਾਂ ਗੱਡੀ ਪੁਲਿਸ ਨੇ ਚੁੱਕੀ ਤੇ ਵੇਖਿਆ ਕਿ ਉਹਨਾਂ ਨੇ ਛਾਂ ਥੱਲੇ ਗੱਡੀ ਲਈ ਹਾਂ ਤੇ ਮੈਂ ਗੱਡੀ ਵੇਖ ਕੇ ਮੈਂ ਮੁਤਮਿਨ ਹੋ ਗਿਆ ਕਿਉਂਕਿ ਮੈਂ ਅੱਗੇ ਫਿਰ 2 ਦਿਨ ਨਹੀਂ ਜਾਣਾ ਸੀ ਕਿਤੇ ਮੈਂ ਗੱਡੀ ਛੁੜਾਈ ਨਹੀਂ ਮੈਂ ਕਿਹਾ ਚਲੋ ਯਾਰ ਸੇਵ ਆ ਕਮ ਸੇ ਕਮ ਯਾਰ ਮੈਂ ਵੀ ਕਿਤੇ ਪਾਰਕਿੰਗ ਤੇ ਖੜੀ ਕਰਦੀ ਇਹੀ ਤਰਲਾ 2 ਦਿਨ ਬਾਅਦ ਕਰ ਲਾਂਗੇ ਮੈਂ ਚਲਾ ਗਿਆ ਐਜ਼ ਅ ਸਟੈਂਡ ਤੁਸੀਂ ਉੱਥੇ ਰਹਿਣ ਦੇ ਮੈਂ ਰਹਿਣ ਦਿੱਤੀ ਆ ਕੇ ਨਾ ਮੇਰਾ ਗੱਡੀ ਦਾ ਤਾਂ ਬੜਾ ਮਿਹਨਤ ਇਵਨ ਕਿ ਬਾਜ਼ੂਕਾ ਤੂੰ ਕੋਈ ਬਾ ਮੈਂ ਗੱਡੀ ਚਲਾ ਤੇ ਲਾਈਟਾਂ ਵੀ ਆਈ ਨਹੀਂ ਗੱਡੀ ਦੀਆਂ ਓਏ ਤੇ ਹੁਣ ਮੈਨੂੰ ਨਾ ਰੋਕ ਲਿਆ ਬਾਡਣ ਨੇ ਉਹਨੇ ਕਿਹਾ ਰੋਕ ਗੱਡੀ ਮੈਂ ਕਿਹਾ ਰੋਕ ਕਹਿੰਦਾ ਤੂੰ ਲਾਈਟਾਂ ਹੈ ਨਹੀਂ ਮੈਂ ਕਿਹਾ ਹੈ ਆ ਹੁਣ ਚੱਲਣ ਦੀ ਸੀ ਆ ਚੁੱਕਾ ਸ਼ਾਇਦ ਬੰਦ ਹੋ ਗਈਆਂ ਜਰਾ ਵੇਖੀਓ ਜਰਾ ਤੇ ਉਹਨੂੰ ਵਾਡਣ ਕੋਲ ਮੈਂ ਛਾਬਾ ਚੁਕਵਾ ਰਿਹਾ ਤੇ ਉਹਨੂੰ ਹੱਥ ਲਾ ਕੇ ਨਾ ਕਹਿ ਰਿਹਾ ਕਹਿੰਦਾ ਹਾਂ ਹਾਂ ਚੱਲ ਉਹਦੀ ਤਾਂ ਲੂਜ਼ ਸੀ ਉਹਦੇ ਬ੍ਰੇਕਰ ਕਿਤੇ ਨਾ ਯਾਨੀ ਏਦਾਂ ਦੇ ਕਿੰਨੇ ਵਾਕਏ ਯਾਨੀ ਕਿ ਹਰ ਬੰਦੇ ਅੱਛਾ ਹੁਣ ਵੀ ਜਿਹੜੀ ਤੇਰੇ ਕੋਲ ਗੱਡੀ ਹੈ ਨਾ ਇਹ ਵੀ ਮੱਗਣ ਦੀ ਘੇੜੇ 'ਚ ਪਾਈ ਹੈ ਇਹ ਵੀ ਹਾਂ ਲੇਕਿਨ ਮੈਂ ਕਹਿੰਦਾ ਵਾ ਯਾਰ ਗੱਡੀ ਹੋਣੀ ਚਾਹੀਦੀ ਹੈ ਸਜਾਦ ਜਿਹਦੇ 'ਚ ਬਹਿ ਕੇ ਤੁਹਾਨੂੰ ਨਾ ਗਰੂਰ ਮਹਿਸੂਸ ਨਾ ਹੋਵੇ ਅੱਛਾ ਤੁਹਾਨੂੰ ਲੱਗੇ ਇੱਕ ਮੇਰੀ ਇਹ ਤੁਹਾਡੀ ਆਪਣੀ ਜ਼ਿਹਨੀ ਸੋਚ ਹੈ ਨਾ ਤੁਸੀਂ 10 ਕਰੋੜ ਵਾਲੀ 'ਚ ਬਹਿ ਕੇ ਨਾ ਮਹਿਸੂਸ ਕਰੋ ਗੱਡੀ ਜ਼ਰੂਰ ਮਾੜੀ ਲੈਣੀ ਆਪਣੀ ਸੋਚ ਚੇਂਜ ਕਰ ਲਓ ਯਾਰ ਲੇਕਿਨ ਮੈਂ ਕਹਿੰਦਾ ਬੰਦੇ 'ਚ ਗਰੂਰ ਆ ਜਾਂਦਾ ਬੰਦੇ 'ਚ ਨਾ ਯਾਰ 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 ਮੈਂ ਯਾਰ ਇਹ ਮੁੰਡਾ ਨੂੰ ਕੁਝ ਸਮਝ ਆ ਲੱਗਿਆ ਮੁੰਡਾ ਨਾ ਮੇਰੀ ਗੱਲ ਸੁਣ ਮੈਂ ਤੈਨੂੰ ਕਹਿੰਦਾ ਵਾਂ ਤੇਰੀ ਗਰੰਟੀ ਮੈਂ ਦਿੰਦਾ ਤੈਨੂੰ ਤੇਰੀ ਕਸਮ ਤੈਨੂੰ ਮੈਂ ਦੇ ਦਿੰਦਾ ਕਸਮ ਹੈ ਖੁਦਾ ਦੀ ਤੈਨੂੰ ਗਰੂਰ ਨਹੀਂ ਹੁੰਦਾ ਤੂੰ ਗੱਡੀ ਥੋੜੀ ਅੱਛੀ ਲੈ ਵਿੱਚ 3 ਲੱਖ ਹੋਰ ਪਾ ਲਵਾਂ ਹਾਂ ਤੇਰੀ ਮਿਹਰਬਾਨੀ ਓਕੇ ਡਾਲ ਲਓ ਗੱਲ ਇਹਦੀ ਕਿਹੜਾ ਸਾਡੇ ਕੋਲ ਗੱਡੀ ਨਹੀਂ ਉਹ ਤਾਂ ਵੱਖਰੀ ਗੱਲ ਹੈ ਕਦੀ ਕੱਢੀ ਨਹੀਂ ਅੱਛਾ ਗੱਡੀ ਤੇ ਨਾ ਇੱਕ ਮੇਰਾ ਸ਼ੇਰ ਹੈ ਕਿ ਤੈਨੂੰ ਸੋਹਣੀ ਸੱਸੀ ਹੀਰ ਸਮਝਿਆ ਕਦੀ ਸਾਰਾ ਬੰਦਾ ਨਾ ਕਿਸੇ ਨੂੰ ਇੰਨੀ ਕਿੱਜ਼ਤ ਦੇ ਦਿੰਦਾ ਹੈ ਉਹ ਬੰਦਾ ਜਿਹੜਾ ਖੋਤੇ ਤੇ ਬਹਾਉਣ ਦੇ ਕਾਬਲ ਨਹੀਂ ਅਸੀਂ ਉਹਨੂੰ ਸਿਰ ਤੇ ਬਹਾ ਲੈਂਦੇ ਹਾਂ ਉਹ ਕਿ ਤੈਨੂੰ ਸੋਹਣੀ ਸੱਸੀ ਹੀਰ ਸਮਝਿਆ ਠੀਪੇ ਦੇ ਮੂੰਹ ਵਾਲੀਏ ਤੈਨੂੰ ਸੋਹਣੀ ਸੱਸੀ ਹੀਰ ਸਮਝਿਆ ਠੀਪੇ ਦੇ ਮੂੰਹ ਵਾਲੀਏ ਤੈਨੂੰ ਆਪਣੀ ਮੰਜ਼ਲ ਅਖੀਰ ਸਮਝਿਆ ਠੀਪੇ ਦੇ ਮੂੰਹ ਵਾਲੀਏ ਵਾਹ 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 ਔਰ ਕਿਹੜਾ ਸਾਡੇ ਕੋਲ ਗੱਡੀ ਨਹੀਂ ਕਿਹੜਾ ਸਾਡੇ ਕੋਲ ਗੱਡੀ ਨਹੀਂ ਉਹ ਤਾਂ ਵੱਖਰੀ ਗੱਲ ਹੈ ਕਦੀ ਕੱਢੀ ਨਹੀਂ ਕਿਹੜਾ ਸਾਡੇ ਕੋਲ ਗੱਡੀ ਨਹੀਂ ਉਹ ਤਾਂ ਵੱਖਰੀ ਗੱਲ ਹੈ ਕਦੀ ਕੱਢੀ ਨਹੀਂ ਹੈ ਤੇ ਸਹੀ ਨਾ ਭਾਵੇਂ ਵੱਡੀ ਨਹੀਂ ਹੈ ਤੇ ਸਹੀ ਨਾ ਭਾਵੇਂ ਵੱਡੀ ਨਹੀਂ ਆਹ ਗੱਲ ਸੱਚੀ ਹੈ ਕੋਈ ਕੋਲੂ ਛੱਡੀ ਨਹੀਂ ਨਾ ਤੂੰ ਸਾਨੂੰ ਛੋਟਾ ਵੀਰ ਸਮਝਿਆ ਠੀਪੇ ਦੇ ਮੂੰਹ ਵਾਲੀਏ ਇਹ ਜਿਹੜਾ ਜ਼ਿੰਦਗੀ ਚ ਜਿਹੜਾ ਮੈਨੂੰ ਲੱਗਦਾ ਤੂੰ ਨਾ ਕਦੀ ਜ਼ਿਆਦਾ ਜਜ਼ਬਾਤੀ ਹੋ ਗਿਆ ਨਾ ਅੱਗੋ ਇਹ ਵੀ ਕਹਿ ਦਿੰਦਾ ਨਾ ਤੂੰ ਸਾਨੂੰ
ਗਰੀਬ ਸਮਝਿਆ ਠੀਪੇ ਦੇ ਮੂੰਹ ਵਾਲੀ ਹੈ ਤੇਰੀ ਮੈਂ ਖਲੋ ਅੱਲਾ ਦੀ ਕਸਮੇ ਮੈਂ ਮੇਰਾ ਬਸ ਨੀ ਚੱਲਦਾ ਵਰਨਾ ਮੈਂ ਕੱਢਾਂ ਕਹਿੰਦਾ ਯਕੀਨ ਮੰਨ ਲਓ ਇਹ ਜਿਹੜੀ ਹੁੰਦੀ ਚੀਜ਼ਾਂ ਇੱਕ ਇੱਕ ਹੋਰ ਗੱਲ ਦੱਦ ਕੁਛ ਗੱਲਾਂ ਜਿਹੜੀ ਬਜ਼ੁਰਗਾਂ ਦੀ ਗੱਲਾਂ ਨਾ ਕਿ ਯਾਰ ਸਿਆਣੇ ਕਹਿੰਦੇ ਸੀ ਅੱਛਾ ਮੈਨੂੰ ਵੀ ਲੱਗਿਆ ਕਿ ਹਰ ਸਿਆਣੇ ਦੀ ਗੱਲ ਸਿਆਣੀ ਵੀ ਨਹੀਂ ਹੁੰਦੀ ਕਦੀ ਕਦਾਰ ਜਹਾਲਤ ਵੀ ਬਜ਼ੁਰਗ ਹੋਈ ਹੁੰਦੀ ਇਹ ਵੀ ਹੋ ਸਕਦਾ ਕੋਈ ਜਹਲ ਬੰਦਾ ਬਜ਼ੁਰਗ ਹੋ ਗਿਆ ਹਾਂ ਤੂੰ ਨੇ ਗੱਲ ਕਰਤੀ ਹੈ ਸੀਨਾ ਮਸੀਨਾ ਚੱਲ ਕੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗੱਲ ਉਹ ਪੱਕੀ ਹੁੰਦੀ ਗਈ ਇਹ ਜਿਹੜੀ ਗੱਲ ਆ ਕਿ ਮੁਹੱਬਤ ਇੱਕ ਵਾਰੀ ਹੋ ਸਕਦੀ ਹੈ ਇਹ ਝੂਠ ਹੈ ਮੈਂ ਇੱਕ ਇਹਦੇ ਤੇ ਚੀਜ਼ ਲਿਖੀ ਨਵੀਂ ਕਿ ਮੁਹੱਬਤ ਫੇਰ ਹੋ ਸਕਦੀ ਹੈ ਹਾਏ 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 ਭਾਈ ਤੁਸੀਂ ਜਾਣਦਾ ਵਾਂ ਕਿ ਮੁਹੱਬਤ ਫੇਰ ਹੋ ਸਕਦੀ ਹੈ ਪਹਿਲੇ ਨਾਲੋਂ ਢੇਰ ਹੋ ਸਕਦੀ ਹੈ ਹਾਏ ਹਾਏ ਮੁਹੱਬਤ ਫੇਰ ਹੋ ਸਕਦੀ ਹੈ ਪਹਿਲੇ ਨਾਲੋਂ ਢੇਰ ਹੋ ਸਕਦੀ ਹੈ ਹੁਣ ਨਹੀਂ 9 ਵਜੇ ਨੀਂਦ ਆਉਣੀ ਹਾਏ ਹੁਣ ਨਹੀਂ 9 ਵਜੇ ਨੀਂਦ ਆਉਣੀ ਗੱਲ ਕਰਦੇ ਆ ਸਵੇਰ ਹੋ ਸਕਦੀ ਹੈ ਹਾਏ ਮੁਹੱਬਤ ਫੇਰ ਹੋ ਸਕਦੀ ਹੈ ਪਹਿਲੇ ਨਾਲੋਂ ਢੇਰ ਹੋ ਸਕਦੀ ਹੈ ਜੇ ਇਖਤਲਾਫ ਹੈ ਤੇ ਕਮੈਂਟ ਕਰੋ ਓਹ ਹੋ ਜੇ ਇਖਤਲਾਫ ਹੈ ਤੇ ਕਮੈਂਟ ਕਰੋ ਜੇ ਇਖਤਲਾਫ ਹੈ ਤੇ ਕਮੈਂਟ ਕਰੋ ਤੇ ਕਮੈਂਟ ਕਰੋ ਜੇ ਸਹੀ ਹੈ ਤੇ ਪੋਸਟ ਅੱਗੇ ਸ਼ੇਅਰ ਹੋ ਸਕਦੀ ਹੈ ਅੱਛਾ ਯਾਰ ਆ ਕਹਿੰਦੀ ਇੱਕ ਬੰਦਾ 2 ਘੰਟੇ ਬਿਸਤੀ ਕਰਕੇ ਚੱਲਾ ਕਹਿੰਦਾ ਨਹੀਂ ਨਹੀਂ ਇੱਕ ਵਾਰੀ ਫੇਰ ਹੋ ਸਕਦੀ ਹੈ ਜਾਨੀ ਸਾਹਿਬ ਅਸੀਂ ਵੀ ਸ਼ੇਅਰ ਸੁਣਾਵਾਂਗੇ ਭਾਜੀ ਤੁਹਾਡੇ ਆ ਮੁੱਗੀ ਨਜ਼ਰ ਹਾਂ ਮੈਂ ਮੁਕਾਤੀ ਪਈ ਵਾਹ 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 ਲੱਗੀ ਕੀ ਕਹਿੰਦਾ ਕੀ ਬਾਤ ਅਰਸ਼ਾਦ ਕਹੋ ਜੀ ਅਰਸ਼ਾਦ ਕਿ ਸਾਡੀ ਗੁੱਡੀ ਧੁੰਮ ਗਈ ਏ ਤਾਂ ਸਾਡੀ ਗੁੱਡੀ ਧੁੰਮ ਗਈ ਏ ਮਿੱਠੇ ਦੀ ਫਿਰਕੀ ਘੁੰਮ ਗਈ ਏ ਵਾਹ ਜੇ ਤੂੰ ਪਾਪਾ ਦੀ ਪਰੀ ਸੋਣੀਏ ਅਸੀਂ ਕਿਹੜਾ ਖੱਗੇ ਆ ਅਸੀਂ ਤੇਰੇ ਪੇ ਦੇ ਨੌਕਰ ਲੱਗੇ ਆ ਵਾਹ ਵਾਹ ਕਿਆ ਇਤਫਾਕ ਕਰਦੇ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਕਿ ਮੁਹੱਬਤ ਦੁਬਾਰਾ ਵੀ ਹੋ ਸਕਦੀ ਹੈ ਦੁਬਾਰਾ ਪਹਿਲੀ ਨਾਲੋਂ ਜ਼ਿਆਦਾ ਸ਼ਿੱਦਤ ਨਾਲ ਹੋਣ ਦੀ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਹੋ ਸਕਦਾ ਪਹਿਲੇ ਤੁਹਾਨੂੰ ਜੋ ਤੁਸੀਂ ਐਕਸੈਪਟ ਕਰ ਰਹੇ ਹੋ ਨਹੀਂ ਮਿਲਿਆ ਦੂਜੇ ਕੋਲੋਂ ਮਿਲ ਰਿਹਾ ਤੇ ਤੁਹਾਨੂੰ ਉਧਰੋਂ ਉਹਦੀ ਵੀ ਕਮੀ ਤੁਸੀਂ ਉਧਰ ਪੂਰੀ ਕਰ ਰਹੇ ਹੋ ਕਿਆ ਇਹ ਦਲੀਲ ਹੈ ਦੁਬਾਰਾ ਜ਼ਿਆਦਾ ਸ਼ਿੱਦਤ ਨਾ ਹੁੰਦੀ ਮੈਂ ਕਹਿੰਦਾ ਵਾਂ ਕਦੀ ਵੀ ਪਹਿਲੀ ਬੀਵੀ ਨਾਲ ਲਾਜ਼ਵਾਲ ਮੁਹੱਬਤ ਹੋ ਸਕਦੀ ਨਹੀਂ ਪਹਿਲੀ ਬੀਵੀ ਨਾਲ ਤੁਹਾਡੀ ਅਗਰ ਇੱਕ ਜਿਹਨੂੰ ਪਿਆਰ ਦੀਆਂ ਗੱਲਾਂ ਕਰਨਾ ਏਦਾਂ ਹੀ ਹੈ ਜਿਵੇਂ ਤੁਸੀਂ ਉਸ ਜਗ੍ਹਾ ਤੇ ਖਾਰਸ਼ ਕਰ ਰਹੇ ਹੋ ਜਿੱਥੇ ਤੁਹਾਡਾ ਹੱਥ ਵੀ ਨਹੀਂ ਪਹੁੰਚਣ ਡਿਆ ਹਾਂ ਇਹ ਮੁਸ਼ਕਿਲ ਦੀ ਗੱਲ ਆ ਕਿ ਹੁਣ ਤੱਕ ਦੀ ਜਿੰਨੀਆਂ ਵੱਡੀਆਂ ਮੁਹੱਬਤਾਂ ਹੋਈਆਂ ਜਿਵੇਂ ਤਾਜ ਮਹਿਲ ਬਣਾਇਆ ਅਕਸਰ ਕਾਰ ਤੁਹਾਨੂੰ ਮੁਹੱਬਤ ਕਹਿੰਦੇ ਹਾਂ ਤਾਜ ਮਹਿਲ ਵਾਲੇ ਨੇ ਵੀ ਬਾਅਦ ਦੇ ਵਿੱਚ ਉਹ ਤੀਜੀ ਬੀਵੀ ਸੀ ਹਾਂ ਤੀਜੀ ਦੂਜੀ ਕਿ ਤੀਜੀ ਬੀਵੀ ਸੀ ਆ ਸ਼ਾਹਜਹਾਂ ਜਿਹੜਾ ਆ ਜਿੰਨੀਆਂ ਵੱਡੀਆਂ ਮੁਹੱਬਤਾਂ ਜਿਹੜੀਆਂ ਗੱਲਾਂ ਸੁਣਾਉਂਦੇ ਆ ਇਹ ਕੋਈ ਪਹਿਲੀ ਬੀਵੀ ਨਾਲ ਕਿੱਥੇ ਹੁੰਦੀਆਂ ਨਾ ਕਿ ਮੁਹੱਬਤਾਂ ਤੇ ਕਿਤੇ ਤੁਹਾਨੂੰ ਜ਼ਿੰਦਗੀ 'ਚ ਕੋਈ 2-3 ਮੁਹੱਬਤਾਂ ਤੋਂ ਬਾਅਦ ਲੱਗਦਾ ਪਤਾ ਕਿ ਭਾਈ ਮੁਹੱਬਤ ਹੈ ਕੀ ਉਹ ਨਾਲ ਮੈਂ ਨਾ ਸੱਜਾਦ ਇੱਕ ਚੀਜ਼ ਵੇਖੀ ਨੋਰਮਲ ਜ਼ਿੰਦਗੀ 'ਚ ਵੇਖਿਓ ਮੁਹੱਬਤ ਅਸਲ 'ਚ ਕਿ ਡਿਗਰੀ ਹੈ ਡਿਗਰੀ ਸਾਨੂੰ ਕੁਛ ਸਿਖਾਉਂਦਾ ਤੇ ਅਸੀਂ ਅੱਗੇ ਸਿਖਾਉਣ ਤੁਰ ਪੈਂਦੇ ਹਾਂ ਹਾਂ ਜਾਂ ਅਸੀਂ ਕਿਸੇ ਨੂੰ ਸਿਖਾਉਂਦੇ ਹਾਂ ਉਹ ਅੱਗੇ ਸਿਖਾਉਣ ਤੁਰ ਜਾਂਦਾ ਹੈ ਹਾਂ ਉਹ ਜਿਹਨੂੰ ਸਿਖਾਉਂਦਾ ਉਸ ਤੋਂ ਅੱਗੇ ਸਿਖਾਉਣ ਤੁਰ ਪੈਂਦਾ ਹਾਂ ਇੱਕ ਚੈਨ ਚੱਕਰ ਜਿਹਾ ਰਹਿੰਦਾ ਅਸੀਂ ਇੱਕ ਦੂਜੇ ਨੂੰ ਮੁਹੱਬਤ ਸਿਖਾਉਣ ਦੇ ਚੱਕਰਾਂ 'ਚ ਰਹਿੰਦੇ ਹਾਂ ਹਾਂ ਔਰ ਇਹੀ ਮੁਹੱਬਤ ਜਿਹੜੀ ਆ ਕਿਹੜਾ ਜਿਹੜੀ ਮੇਨ ਔਰ ਮੈਂ ਕਹਿੰਦਾ ਵਾਂ ਕਿ ਜ਼ਿੰਦਗੀ 'ਚ ਮੁਹੱਬਤ ਜਿੰਨੀ ਵੀ ਹੋਵੇ ਇਹਦੇ ਵਿੱਚ ਤੁਹਾਨੂੰ ਇੱਕ ਹਮੇਸ਼ਾ ਇਹ ਜਿਹੜੀ ਗੱਲ ਜਿਹੜੇ ਲੋਕ ਕਈ ਲੋਕ ਰੋ ਪੈਂਦੇ ਨੇ ਬਾਜ਼ ਔਕਾਤ ਲੋਕ ਸੁਸਾਈਡ ਕਰਦੇ ਨੇ ਕਿ ਇੱਕ ਮੁਹੱਬਤ ਹੁੰਦੀ ਹੈ ਔਰ ਉਸ ਬਾਅਦ ਹੁੰਦੀ ਕੱਖ ਨਹੀਂ ਉਹ ਨਾ ਯਾਰ ਅੱਗੇ ਵਧੋ ਯੈਸ ਸਹੀ ਗੱਲ ਜਿਹੜਾ ਛੱਡ ਗਿਆ ਉਹਦਾ ਖਾਣਾ ਛੱਡ ਦਿਓ ਲਾਹਣ ਭੇਜੋ ਉਹਦੇ ਤੇ ਹਾਂ ਭੇਜਤੀ ਆ ਭੇਜਤੀ ਮੈਂ ਆਪ ਜਿਹੜੇ ਸੁਸਾਈਡ ਕਰਦੇ ਫਿਰ ਉਹਦੀ ਡਿਗਰੀ 'ਚ ਸੈਪਲੀ ਆ ਗਈ ਹੋਣੀ ਆ ਫਿਰ ਇਸ ਵਜ੍ਹਾ ਤੋਂ ਹੋਏਗੀ ਮੈਨੂੰ ਜਿਉਂਦੇ ਜੀ ਮਾਰਨ ਵਾਲੀਏ ਹਾਏ 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 ਸ਼ਾਲਾ ਤੇਰਾ ਪੱਠਾ ਬਹਿ ਜਾਏ ਹਾਏ 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 ਮੈਨੂੰ ਜਿਉਂਦੇ ਜੀ ਮਾਰਨ ਵਾਲੀਏ ਸ਼ਾਲਾ ਤੇਰਾ ਪੱਠਾ ਬਹਿ ਜਾਏ ਜਿਹਦੇ ਪਿੱਛੇ ਤੂੰ ਮੈਨੂੰ ਛੱਡਿਆ ਉਹ ਤੈਨੂੰ ਭੈਣ ਕਹਿ ਜਾ ਹਾਂ ਵਾਹ ਉਹ ਹੋ ਕੀ ਇੰਤਕਾਮ ਦੀ ਦਿਲ ਦਿਆਂ ਕਾਤਲਾਂ ਨੂੰ
ਆ ਫੜਦੀ ਕਿਉਂ ਨਹੀਂ ਗਵਰਨਮੈਂਟ ਨਾਓ ਟ੍ਰਸਪੌਂਡਿੰਗ ਐਟ ਦੀ ਮੂਵਮੈਂਟ ਨਾਓ ਟ੍ਰਸਪੌਂਡਿੰਗ ਐਟ ਦੀ ਮੂਵਮੈਂਟ ਔਰ ਮਜਨੂ ਤੇ ਖਲੋ ਖਲੋ ਟਾਹਣੀਆਂ ਨਿਕਲ ਆਈਆਂ ਵਾਹ ਵਾਹ ਹੈਂ ਮਜਨੂ ਤੇ ਖਲੋ ਖਲੋ ਟਾਹਣੀਆਂ ਨਿਕਲ ਆਈਆਂ ਕਿਸੇ ਕਿਹਾ ਮਜਨੂ ਨੂੰ ਮਜਨੂ ਤੇਰੀ ਲਾਲਾ ਤੇ ਕਾਲੀਏ ਕਿਸੇ ਕਿਹਾ ਮਜਨੂ ਨੂੰ ਮਜਨੂ ਤੇਰੀ ਲਾਲਾ ਤੇ ਕਾਲੀਏ ਮਜਨੂ ਕਹਿੰਦਾ ਫਿਰ ਕੀ ਹੋਇਆ ਮੈਂ ਕਿਹੜਾ ਵਿਆਹ ਲਈਏ ਮਜਨੂ ਤੇ ਖਲੋ ਖਲੋ ਟਾਹਣੀਆਂ ਨਿਕਲ ਆਈਆਂ ਲੈਲਾ ਕਹਿ ਗਈ ਆਈ ਇੱਕ ਮਿੰਟ ਫਿਰ ਨਾਟ ਰਿਸਪੌਂਡਿੰਗ ਐਟ ਦੀ ਮੂਵਮੈਂਟ ਨਾਟ ਰਿਸਪੌਂਡਿੰਗ ਐਟ ਦੀ ਮੂਵਮੈਂਟ ਔਰ ਜਿਹਦਾ ਤਿੰਨ ਘੰਟੇ ਲੜਕੀ ਸਮਝ ਕੇ ਪਿੱਛਾ ਕੀਤਾ ਜਿਹਦਾ ਤਿੰਨ ਘੰਟੇ ਲੜਕੀ ਸਮਝ ਕੇ ਪਿੱਛਾ ਕੀਤਾ ਖੁਸਰਾ ਨਿਕਲਿਆ ਬੱਲੇ ਮਲੰਗੀ ਤੇਰੀ ਜਜਮੈਂਟ ਨਾਟ ਰਿਸਪੌਂਡਿੰਗ ਐਟ ਦੀ ਮੂਵਮੈਂਟ ਨਾਟ ਤਾੜੀਆਂ ਨੂੰ ਵੀ ਨਾਟ ਰਿਸਪੌਂਡਿੰਗ ਐਟ ਦੀ ਯਾਰ ਮਲੰਗੀ ਤੂੰ ਜਦੋਂ ਕੋਈ ਨਵੀਂ ਸ਼ਾਇਰੀ ਕਰੇ ਨਾ ਮੈਨੂੰ ਜ਼ਰੂਰ ਸੁਣਾਉਣੀ ਨਹੀਂ ਨਹੀਂ ਇਹਦੇ ਕੋਲ ਇੱਕ ਮਰੀਜ਼ ਆਇਆ ਨਾ ਇਹਨੂੰ ਪਤਾ ਨਹੀਂ ਲੱਗਾ ਵੀ ਉਹ ਮਰੀਜ਼ ਆ ਉਹਨੇ ਕਿਹਾ ਜੀ ਤੁਮ ਆਪਣੀ ਤਰਫ ਸੇ ਪਾਸੇ ਉਹ ਕਹਿੰਦਾ ਮੈਂ ਸਮਝ ਗਿਆ ਪਾਸ ਦਾ ਰੌਲਾ ਕਹਿੰਦਾ ਮੇਰਾ ਮੇਰੇ ਨਾਲ ਅਕਸਰ ਔਕਾਤ ਮੇਰੇ ਬਹੁਤ ਸਾਰੇ ਸ਼ੇਰ ਕੁੜੀਆਂ ਦੇ ਖਿਲਾਫ ਨੇ ਨਾ ਅਰੇ ਇੱਕ ਹੋਰ ਆਇਆ ਹੋਇਆ ਚੰਗੀ ਕੁੜੀ ਮੇਰੇ ਪਿੱਛੇ ਪਈ ਹੈ ਵਾਹ ਚੰਗੀ ਕੁੜੀ ਮੇਰੇ ਪਿੱਛੇ ਪਈ ਏ ਇੱਕ ਭੁੱਖੀ ਨੰਗੀ ਉਤੋਂ ਚਵਲਾ ਜਾਈਏ ਚੰਗੀ ਕੁੜੀ ਮੇਰੇ ਪਿੱਛੇ ਪਈ ਏ ਇੱਕ ਭੁੱਖੀ ਨੰਗੀ ਉਤੋਂ ਚਵਲਾ ਜਾਈਏ ਚਿੱਟੇ ਦਿਨ ਕਹਿੰਦੀ ਏ ਮਿਲਣ ਆ ਜਾ ਚਿੱਟੇ ਦਿਨ ਤਿਹਾੜੇ ਕਹਿੰਦੀ ਏ ਮਿਲਣ ਆ ਜਾ ਮੈਂ ਕਿਹਾ ਹਟ ਜਾ ਇਹ ਕਿਹੜਾ ਦੁਬਈ ਏ ਮੈਂ ਕਿਹਾ ਹਟ ਜਾ ਇਹ ਕਿਹੜਾ ਦੁਬਈ ਏ ਕਹਿੰਦੀ ਏ ਕੱਲ ਮਿਲਣ ਮੈਂ ਆਵਾਂ ਕਹਿੰਦੀ ਏ ਕੱਲ ਮਿਲਣ ਮੈਂ ਆਵਾਂ ਮੈਂ ਕਿਹਾ ਹਾਂ ਸਹੀ ਮੇਰੇ ਨਾਲ ਸਾਊਂਡ ਭਾ ਦੋ